ਪੰਜਾਬ ਦੇ ਵਿੱਚ ਦਿਨੋ ਦਿਨ ਵੱਧ ਰਹੀਆਂ ਨੇ ਲੁੱਟ ਖੋਹ ਦੀਆਂ ਘਟਨਾਵਾਂ ਅਤੇ ਲੁੱਟ ਖੋਹ ਤੇ ਵੱਧ ਰਹੀ ਨਸ਼ਿਆਂ ਕਾਰਨ ਆਏ ਦਿਨ ਮੌਤਾਂ ਹੋ ਰਹੀਆਂ ਨੇ। ਦਿਨ ਦਿਹਾੜੇ ਪੰਜਾਬ ਦੇ ਵਿੱਚ ਜੋ ਅਮਨ ਕਾਨੂੰਨ ਦੀ ਸਥਿਤੀ ਵਿਗੜ ਰਹੀ ਹੈ, ਸੋ ਇਸ ਨੂੰ ਲੈ ਕੇ ਸੂਬੇ ਭਰ ਦੇ ਅੰਦਰ ਕਾਂਗਰਸ ਪਾਰਟੀ ਦੇ ਵੱਲੋਂ ਕੈਂਡਲ ਮਾਰਚ ਕੱਢ ਕੇ ਸੂਬਾ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਜਿਸ ਦੇ ਤਹਿਤ ਨਾਭਾ ਵਿਖੇ ਵੀ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਦੇ ਵਿੱਚ ਕੈਂਡਲ ਮਾਰਚ ਕੱਢਿਆ ਗਿਆ। ਇਸ ਕੈਂਡਲ ਮਾਰਚ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਆਗੂਆਂ ਨੇ ਹਿੱਸਾ ਲਿਆ। ਇਸ ਮੌਕੇ ਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਅਤੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਦਿਨੋ ਦਿਨ ਕਾਨੂੰਨ ਵਿਵਸਥਾ ਵਿਗੜ ਰਹੀ ਹੈ, ਨਸ਼ਿਆਂ ਦੇ ਕਾਰਨ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ, ਜੋ ਜਿਸ ਕਰਕੇ ਸੂਬੇ ਭਰ ਦੇ ਵਿੱਚ ਇਹ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਇਹ ਕੈਂਡਲ ਮਾਰਚ ਜੀ ਅੱਜ ਪੂਰੇ ਦੇਸ਼ ਪੰਜਾਬ 'ਚ ਚਿੰਤਾ ਦਾ ਵਿਸ਼ਾ ਹੈ ਔਰ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਜਵਾਨੀਆਂ ਨੇ, ਆਉਣ ਵਾਲਾ ਭਵਿੱਖ ਆ, ਜਿਹੜਾ ਬੱਚੇ ਨੇ, ਨਸ਼ਿਆਂ ਪ੍ਰਤੀ ਵੱਧਦਾ ਰੁਝਾਨ ਆ ਜਿਹੜਾ ਦੇਸ਼ ਦੀ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਲਈ ਵੱਡਾ ਖਤਰਾ ਹੈ। ਮੈਂ ਸਮਝਦਾ ਕਿ ਜਿਸ ਦੇਸ਼ ਦੇ ਬੱਚੇ ਮਜ਼ਬੂਤ ਨੇ ਉਹ ਦੇਸ਼ ਮਜ਼ਬੂਤ ਹੋਇਆ ਕਰਦਾ ਹੈ। ਅੱਜ ਇਕੱਲੇ ਇਕੱਲੇ ਬੱਚੇ ਨੇ, ਨਸ਼ੇ ਜਿਵੇਂ ਜਿਵੇਂ ਵੱਧ ਰਹੇ ਨੇ, ਇਕੱਲਾ ਇਕੱਲਾ ਬੱਚਾ ਲੋਕਾਂ ਦਾ ਮਰ ਰਿਹਾ ਔਰ ਜਿੱਥੇ ਸਰਕਾਰਾਂ ਆਪਣਾ ਉਪਰਾਲਾ ਕਰਦੀਆਂ ਨੇ, ਕਾਂਗਰਸ ਪਾਰਟੀ ਨੇ ਪੂਰੇ ਪੰਜਾਬ ਵਾਸੀਆਂ ਨੂੰ, ਪੰਜਾਬ ਦੇ ਕਾਂਗਰਸ ਵਰਕਰਾਂ ਨੂੰ ਅੱਜ ਸਾਰੇ ਹਲਕਿਆਂ ਦੇ ਵਿੱਚ ਨਸ਼ਿਆਂ ਦੇ ਖਿਲਾਫ਼ ਨਸ਼ਿਆਂ ਨੂੰ ਭਜਾਉਣ ਵਾਸਤੇ ਜੋ ਅੱਜ ਫੰਕਸ਼ਨ ਕੀਤਾ ਜਾ ਰਿਹਾ, ਪ੍ਰਧਾਨ ਜੀ ਸਾਡੇ ਜ਼ਿਲ੍ਹੇ ਦੇ, ਮਹੰਤ ਜੀ ਆਏ ਨੇ, ਸਾਰੇ ਬਲਾਕਾਂ ਦੇ ਪ੍ਰਧਾਨ ਇੱਥੇ ਆਏ ਨੇ ਨਾਭੇ ਦੇ। ਸੋ ਮੈਂ ਦੱਸਣਾ ਚਾਹੁੰਦਾ ਕਿ ਅੱਜ ਰਾਜਾ ਅਮਰਿੰਦਰ ਸਿੰਘ ਜੀ ਵੜਿੰਗ, ਜਿਨ੍ਹਾਂ ਦੀ ਪ੍ਰਧਾਨਗੀ ਸਾਡੇ ਪੂਰੇ ਪੰਜਾਬ ਦੇ ਵਿੱਚ ਨਸ਼ਾ ਛੁਡਾਊ ਮੁਹਿੰਮ, ਨਸ਼ੇ ਨੂੰ ਭਜਾਉਣ ਦੀ ਗੱਲ ਕਹਿਣ ਵਾਸਤੇ ਸਾਰੇ ਹਲਕਿਆਂ 'ਚ ਕੀਤਾ ਜਾ ਰਿਹਾ ਔਰ ਜੋ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ ਵਿੱਚ, ਜੋ ਅੱਜ ਕੋਈ ਸਰਪੰਚ ਦੇ ਜਿਵੇਂ ਕਿਸੇ ਦੇ ਗੋਲੀ ਮਾਰਤੀ, ਰਾਹ ਜਾਂਦੇ ਲੋਕਾਂ ਦੇ ਅੱਜ ਪਟਿਆਲੇ ਕੱਲ੍ਹ ਕਿਸੇ ਦੇ ਚਾਕੂ ਮਾਰ ਕੇ ਮਾਰਤਾ, ਇਹਨਾਂ ਤੋਂ ਵੀ ਸਰਕਾਰ ਨੂੰ ਔਰ ਲੋਕਾਂ ਨੂੰ ਚੌਕਸ ਰਹਿਣਾ ਪਏਗਾ। ਅੱਜ ਦਾ ਜਿਹੜਾ ਮਾਰਚ ਆ, ਸਾਡੀ ਕਾਂਗਰਸ ਪਾਰਟੀ ਨੇ ਪੰਜਾਬ ਦੇ ਸਾਡੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਉਹਨਾਂ ਦੇ ਹੁਕਮਾਂ ਦੇ ਮੁਤਾਬਕ ਸਾਰੇ ਪੰਜਾਬ ਦੇ ਵਿੱਚ ਅਸੀਂ ਅੱਜ ਕੈਂਡਲ ਮਾਰਚ ਕਰ ਰਹੇ ਹਾਂ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਰੋਜ਼ ਦਿਨ ਦਿਹਾੜੇ ਜਿਹੜੀਆਂ ਲੋਕਾਂ ਦਾ ਕਤਲੋ ਗਾਰਤ ਹੋ ਰਹੀ ਆ, ਲੁੱਟਾਂ ਖੋਹਾਂ ਹੋ ਰਹੀਆਂ ਨੇ, ਕਿਸੇ ਨੂੰ ਜਿਹੜਾ ਸਰਕਾਰ ਦਾ ਡਰ ਨਹੀਂ, ਨਾ ਹੀ ਪੁਲਿਸ ਦਾ ਡਰ ਰਿਹਾ। ਨਸ਼ਿਆਂ ਦੇ ਵਿੱਚ ਅੱਜ ਸਰਕਾਰ ਝੂਠ ਬੋਲ ਬੋਲ ਕੇ ਜਿਹੜੇ ਐਡੇ ਐਡੇ ਝੂਠੇ ਲਾਰੇ ਲਾ ਕੇ ਸਰਕਾਰ ਆਈ ਤੀ, ਉਹ ਵਾਅਦੇ ਸਾਰੇ ਭੁੱਲੇ ਬੈਠੇ ਨੇ। ਜਿਹੜਾ ਮੁੱਦਾ ਕੋਈ ਗੱਲ ਕਰਦੇ ਨੇ ਕਾਂਗਰਸ ਸਾਡੇ ਆਪੋਜਿਸ਼ਨ ਦੇ ਲੀਡਰ ਪ੍ਰਤਾਪ ਬਾਜਵਾ ਜੀ ਜਾਂ ਰਾਜਾ ਵੜਿੰਗ ਜੀ, ਉਸ ਨੂੰ ਕਨਵਰਟ ਕਰ ਦਿੰਦੇ ਨੇ ਹੋਰ ਮੁੱਦੇ ਦੇ ਵਿੱਚ। ਅਸੀਂ ਅੱਜ ਇਹ ਜਿਹੜਾ ਕੈਂਡਲ ਮਾਰਚ ਜਿਹੜਾ ਰੱਖਿਆ, ਸਰਕਾਰ ਨੂੰ ਅਸੀਂ ਜਿਹੜੀ ਸੁੱਤੀ ਪਈ ਆ ਉਹਨੂੰ ਜਗਾਉਣ ਵਾਸਤੇ ਇਹ ਪ੍ਰੋਗਰਾਮ ਸਾਰੇ ਹੀ ਪੰਜਾਬ ਦੇ ਵਿੱਚ ਰੱਖਿਆ, ਤਾਂ ਕਿ ਜਿਹੜੇ ਨਸ਼ਿਆਂ ਦੇ ਵਿੱਚ ਜਿਹੜੇ ਸਾਡੇ ਜਵਾਕ ਰੁੜ ਰਹੇ ਨੇ, ਡੇਲੀ ਮੌਤਾਂ ਹੋ ਰਹੀਆਂ ਨਸ਼ੇ ਦੇ ਨਾਲ, ਉਸ ਵੱਲ ਸਰਕਾਰ ਧਿਆਨ ਦੇਵੇ। ਲੁੱਟਾਂ ਖੋਹਾਂ ਦਿਨ ਦਿਹਾੜੇ ਕਤਲੋ ਗਾਰਤ, ਤੁਸੀਂ ਜਦੋਂ ਵੀ ਟੀ ਵੀ ਔਨ ਕਰਦੇ ਹੋ ਉਦੋਂ ਹੀ ਆਪਾਂ ਦੇਖਦੇ ਹਾਂ ਕਿ ਇੰਨੇ ਬੰਦੇ ਅੱਜ ਮਾਰੇ ਗਏ, ਲੁੱਟਾਂ ਹੋ ਰਹੀਆਂ ਨੇ। ਅਸੀਂ ਉਸ ਦੀ ਸਰਕਾਰ ਨੂੰ ਇਹ ਪੁਰਜ਼ੋਰ ਮੰਗ ਕਰਦੇ ਹਾਂ ਅਤੇ ਉਹਨੂੰ ਅਸੀਂ ਇਹ ਚੇਤੇ ਕਰਾਉਣਗੇ, ਤੁਸੀਂ ਇਸੇ ਲੈ ਕੇ ਮੁੱਦਿਆਂ ਨੂੰ ਸਰਕਾਰ ਦੇ ਵਿੱਚ ਤੁਸੀਂ ਆਏ। ਕਿਸ ਤਰ੍ਹਾਂ ਦੇਖਦੇ ਹੋ ਯੂਥ ਵੱਲੋਂ ਵੀ ਅਹਿਮ ਰੋਲ ਅਦਾ ਕੀਤਾ ਗਿਆ ਜੋ ਅੱਜ ਕੈਂਡਲ ਮਾਰਚ ਵਿੱਚ? ਦੇਖੋ ਜੀ, ਸਾਡਾ ਰੰਗਲਾ ਪੰਜਾਬ ਕਿਹਾ ਜਾਣ ਵਾਲਾ ਪੰਜਾਬ ਇਸ ਟਾਈਮ
ਜਿਹੜਾ ਨਸ਼ੇ ਦੇ ਵਿੱਚੋਂ ਲੰਘ ਰਿਹਾ, ਨਸ਼ੇ ਦੀ ਭੈੜੀ ਲੱਤ ਲੱਗੀ ਹੈ। ਸਾਡੇ ਨੌਜਵਾਨ ਬਹੁਤ ਗਲਤ ਰਾਹੇ ਕਰਾਹੇ ਤੁਰ ਚੁੱਕੇ ਨੇ ਇਸ ਟਾਈਮ, ਅਤੇ ਦਿਨ ਦਿਹਾੜੇ ਸਾਡੇ ਕਦੇ ਕਾਂਗਰਸ ਪਾਰਟੀ ਦੇ ਬਲੋਕ ਪ੍ਰਧਾਨ ਨੂੰ, ਕਦੇ ਕਿਸੇ ਸਰਪੰਚ ਨੂੰ, ਜਾਂ ਕਿ ਆਮ ਲੋਕਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ। ਕਿਤੇ ਲੁੱਟ ਹੋ ਰਹੀ ਹੈ, ਵਾਰਦਾਤਾਂ ਹੋ ਰਹੀਆਂ, ਜੋ ਕਿ ਪੰਜਾਬ ਦੇ ਵਿੱਚ ਬਹੁਤ ਮੰਦਭਾਗਾ ਹੈ। ਉਸ ਦੇ ਲਈ ਅਸੀਂ ਸ਼ਾਂਤਮਈ ਤਰੀਕੇ ਨਾਲ ਕੈਂਡਲ ਮਾਰਚ ਕਰਕੇ, ਜਿਨ੍ਹਾਂ ਦੀ ਹੁਣ ਤੱਕ ਮੌਤ ਹੋਈ ਹੈ, ਸਾਡੇ ਸਰਪੰਚ ਸਾਹਿਬਾਨ, ਬਲੋਕ ਪ੍ਰਧਾਨ ਅਤੇ ਜਾਂ ਹੋਰ ਵੀ ਪੰਜਾਬ ਦੇ ਵਿੱਚ ਆਮ ਨਾਗਰਿਕਾਂ ਦੀ ਮੌਤ ਹੋਈ ਹੈ, ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਅਤੇ ਪੰਜਾਬ ਦੇ ਚੰਗੇ ਮਾਹੌਲ ਵਾਸਤੇ ਅੱਜ ਦਾ ਇਹ ਜੋ ਕੈਂਡਲ ਮਾਰਚ ਹੈ, ਸਰਦਾਰ ਸਾਧੂ ਸਿੰਘ ਧਰਮਸੋਤ ਜੀ ਦੀ ਅਗਵਾਈ ਦੇ ਵਿੱਚ ਕੱਢ ਰਹੇ ਹਾਂ। ਅਤੇ ਸਾਡੀ ਸਮੁੱਚੀ ਯੂਥ ਕਾਂਗਰਸ ਇੱਕ ਨੌਜਵਾਨ ਆਗੂ ਹੋਣ ਦੇ ਨਾਤੇ ਅਤੇ ਨਾਲ ਉਹਨਾਂ ਦੇ ਪੂਰਾ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੀ ਹੈ।